ਟੋਲ ਪਲਾਜ਼ਿਆਂ ਦੇ ਵਧੇ ਰੇਟਾਂ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਅੱਜ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਉਸ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਫ੍ਰੀ ਕਰ ਦਿੱਤਾ ਜਾਵੇਗਾ। ਸਵੇਰੇ 10 ਵਜੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਉਣਗੇ ਕਿਸਾਨ ਤਾਂ ਵਧੇ ਹੋਏ ਟੋਲ ਟੈਕਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਕਿਸਾਨਾਂ ਨੇ ਪੁਰਾਣੀਆਂ ਦਰਾਂ ਲਾਗੂ ਕਰਨ ਦੀ ਮੰਗ ਕੀਤੀ ਹੈ ਤਾਂ ਸਾਲ 'ਚ ਤੀਜੀ ਵਾਰ ਇਹਨਾਂ ਦੇ ਵੱਲੋਂ ਰੇਟ ਵਧਾਏ ਗਏ ਨੇ ਜਿਸ ਤੋਂ ਖਫਾ ਹੋਈਆਂ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਤੋਂ ਸੰਘਰਸ਼ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਅੱਜ ਸਵੇਰੇ 10 ਵਜੇ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਜਾਵੇਗਾ ਤਾਂ ਕਿਸਾਨ ਜਥੇਬੰਦੀਆਂ ਨੇ ਇਹ ਵੱਡਾ ਐਲਾਨ ਕੀਤਾ ਤਾਂ ਨੈਸ਼ਨਲ ਹਾਈਵੇ 'ਤੇ ਬਣੇ ਟੋਲ ਮਹਿੰਗੇ ਹੋ ਗਏ ਸੀ। ਵਹੀਕਲਾਂ ਦੇ ਟੈਕਸ ਦੇ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਸੀ ਤਾਂ ਹੈਵੀ ਗੱਡੀ ਦਾ ਟੈਕਸ 110 ਤੋਂ ਵਧਾ ਕੇ 165 ਰੁਪਏ ਕਰ ਦਿੱਤਾ ਗਿਆ ਸੀ ਤੇ ਇਸਦਾ ਸਿੱਧਾ ਹੀ ਅਸਰ ਟਰਾਂਸਪੋਰਟਰਾਂ ਦੇ ਉੱਤੇ ਪੈਣਾ ਸ਼ੁਰੂ ਹੋਇਆ ਸੀ। ਮਿੰਨੀ ਬੱਸ ਜਾਂ ਗੁਡਸ ਵਹੀਕਲ ਦੇ ਟੈਕਸ 'ਚ ਵੀ ਵਾਧਾ ਕੀਤਾ ਗਿਆ ਸੀ ਤੇ ਕਾਰ ਤੇ ਜੀਪ ਦਾ ਅਪ ਡਾਊਨ ਦਾ 100 ਰੁਪਏ ਟੈਕਸ ਕਰ ਦਿੱਤਾ ਗਿਆ ਸੀ। ਟਰੱਕਾਂ ਤੇ ਬੱਸ ਦਾ ਰੇਟ 225 ਤੋਂ 340 ਹੋਇਆ ਸੀ। 3XL ਕਮਰਸ਼ੀਅਲ ਦਾ 250 ਤੋਂ 370 ਰੁਪਏ ਅਪ ਡਾਊਨ ਦਾ ਹੋ ਗਿਆ ਸੀ ਤੇ ਹੈਵੀ ਕੰਸਟਰਕਸ਼ਨ ਮਸ਼ੀਨਰੀ ਦਾ ਵੀ ਜੋ ਟੋਲ ਵਧਾਇਆ ਗਿਆ ਸੀ ਉਹ 535 ਰੁਪਏ ਕਰ ਦਿੱਤਾ ਗਿਆ ਸੀ ਤਾਂ ਓਵਰ ਸਾਈਜ਼ ਦਾ ਇੱਕ ਪਾਸੇ ਦਾ 435 ਤੇ ਦੋਵੇਂ ਪਾਸੇ ਦਾ 650 ਰੁਪਏ ਰੇਟ ਤੈਅ ਕੀਤਾ ਗਿਆ ਸੀ ਤੇ ਇਸਦੇ ਨਾਲ ਹੀ ਪਾਸ ਦੀ ਫੀਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਸੀ। 10 ਰੁਪਏ ਰੇਟ ਇਸ ਦੇ ਵਿੱਚ ਵਧਾ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਸੀ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਅੱਜ ਯਾਨੀ ਕਿ ਐਤਵਾਰ ਤੋਂ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਉਸ ਨੂੰ ਅੱਜ 10 ਵਜੇ ਤੋਂ ਫ੍ਰੀ ਕਰ ਦਿੱਤਾ ਜਾਊਗਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਵੱਡਾ ਪ੍ਰਦਰਸ਼ਨ ਜੋ ਹੈ ਉਹ ਟੋਲ ਪਲਾਜ਼ੇ ਦੇ ਉੱਤੇ ਸ਼ੁਰੂ ਕੀਤਾ ਜਾਵੇਗਾ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਨਵੀਆਂ ਦਰਾਂ ਤੈਅ ਕੀਤੀਆਂ ਗਈਆਂ ਨੇ ਇਹਨਾਂ ਨੂੰ ਹੁਣੀ ਵਾਪਸ ਲਿਆ ਜਾਵੇ ਅਤੇ ਜਦੋਂ ਤੱਕ ਇਹ ਵਾਪਸ ਨਹੀਂ ਲੈਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਤਾਂ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨ ਜਥੇਬੰਦੀਆਂ ਅੱਜ 10 ਵਜੇ ਬੈਠਣ ਜਾ ਰਹੀਆਂ ਨੇ। ਟੋਲ ਨੂੰ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ।